ਮਾਰਨਿੰਗ ਅੱਜ ਅਸੀਂ ਕਰਾਂਗੇ ਕਿੱਸਾ ਕਾਵ ਵਿੱਚ ਪੀਲੂ ਦੇਆ ਪੀਲੂ ਦੁਆਰਾ ਲਿਖਿਆ ਗਿਆ ਮਿਰਜਾ ਸਾਹਿਬਾ ਮਿਰਜਾ ਸਾਹਿਬਾ ਜੜਾਵਾ ਪੀਲੂ ਦੀ ਸਭ ਤੋਂ ਪ੍ਰਸਿੱਧ ਜਿਹੜੀ ਰਚਨਾ ਹੋ ਮੰਨੀ ਜਾਂਦੀ ਹੈ ਇਹਦੇ ਵਿੱਚ ਪੀਲੂ ਕਹਿੰਦਾ ਕਾਰਖੀਵੇ ਦੇ ਸਾਹਿਬਾ ਜੰਮੀ ਮੰਗਲਵਾਰ ਢੂਮ ਸੋਹਲੇ ਗਾਵ ਦੇ ਖਾਨਖੀਵੇ ਦੇ ਬਾੜ ਰਾਜ ਦਵਾਈਆਂ ਦਿੱਤੀਆਂ ਸੋਹਣੇ ਪਰਵਾਰ ਰਲਤ ਦਬੀਰਾ ਬਣਦੀਆਂ ਸ਼ੈਲ ਹੋਈ ਮਟਿਆਰ ਖੀਵੇ ਬੱਚੇ ਇਹਦੇ ਵਿੱਚ ਸਾਹਿਬਾਦੀ ਹੈ ਪਿਓ ਇਹ ਸਾਹਿਬਾ ਦਾ ਪਿਓ ਦਾ ਨਾ ਕਿ ਹੀ ਖੀਵਾ ਕਿ ਮੰਗ ਜ ਮంగళਵਾਰ ਦੇ ਦਿਨ ਜਿਹੜਾ ਵਾ ਸਾਹਿਬਾ ਜਿਹੜਾ ਖੀਵੇ ਦੇ ਘਰ ਉਸ ਦਾ ਜਨਮ ਹੋਇਆ ਢੂਮ ਮਰਾਸੀ ਕਿ ਜਿਹੜੇ ਮਰਾਸੀ ਆ ਸੋਲੇ ਹੁੰਦੇ ਗੀਤ ਗਾਉਂਦੇ ਖੁਸ਼ੀ ਦੇ ਜਿਹੜਾ ਉਸਦੇ ਘਰ ਦੇ ਬਾਹਰ ਜਿਹੜਾ ਵਾ ਖੁਸ਼ੀ ਦੇ ਜਿਹੜੇ ਗੀਤ ਗਾਰੇ ਸਨ ਰਾਜ ਦਵਾਈਆਂ ਵਧਾਈਆਂ ਕਿ ਰਾਜ-ਰਾਜ ਕੇ ਉਹਨਾਂ ਨੇ ਜਿਹੜਾ ਇਸ ਸੋਹਣੇ ਪਰਿਵਾਰ ਨੂੰ ਜਿਹੜੀਆਂ ਵਧਾਈਆਂ ਉਹ ਦਿੱਤੀਆਂ ਤੇ ਜਦੋਂ ਸ਼ੈਲ ਹੁੰਦਾ ਜਵਾਨ ਜਦੋਂ ਜੜੀ ਸਾਈਬਾਂ ਉਹ ਜਵਾਨ ਹੋ ਗਈ ਮਟਿਆਰ ਹੋ ਗਈ ਤਾਂ ਜੜੀਆਂ ਤਤਬੀਰਾ ਕੀ ਜੜੀਆਂ ਸਲਾਵਾ ਜੜੀਆਂ ਹੁਣ ਲੱਗ ਪਈਆਂ ਸਾਈਬਾਂ ਨਾਲ ਸਹੇਲੀਆਂ ਕੂੜੀ ਰੜੇ ਕਿਆ ਕੂੜੀ ਹੁੰਦੀ ਬੱਚੇ ਝੂਠੀ ਰਿਆਕਾਰ ਮਕਾਰ ਧੋਖੇ ਬਾਜ ਕਿ ਜਿਹੜਾ ਸਾਈਬਾਂ ਆਪਣੀ ਸਹੇਲੀਆਂ ਦੇ ਨਾਲ ਜਿਹੜਾ ਝੂਠੀ ਤੇ ਜੜੀ ਮਕਾਰਾ ਉਹ ਜਾਣੀ ਜਾਣ ਲੱਗੀ ਕਿ ਸਾਈਬਾਂ ਬਹੁਤ ਝੂਠ ਬੋਲਦੀ ਆ ਕਰ ਪਿੰਚਲ ਦੇ ਮਿਰਚਾ ਜੰਮਿਆ ਕਰੜੇ ਵਾਰ ਪਿੰਜਲੇ ਦੇ ਵਿੱਚ ਮਿਰਚਾ ਦਾ ਪਿਓ ਆ ਮਿਰਚੇ ਦੇ ਪਿਓ ਦਾ ਨਾਂ ਹੀ ਪਿੰਚਲ ਤੇ ਕਰੜੇ ਵਾਰ ਹੈਗਾ ਕਰੜਾ ਜਿਹੜਾ ਵਾ ਪਾਕਿਸਤਾਨ ਵਿੱਚ ਜਿਹੜਾ ਵਾ ਇਹ ਇਲਾਕਾ ਪੈਂਦਾ ਜਿੱਥੇ ਮਿਰਚੇ ਦਾ ਜਿਹੜਾ ਜਨਮ ਹੋਇਆ ਮਿਰਚੀ ਦਾ ਪਿੰਡਾ ਜਨਮ ਦਿੱਤੋ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ ਕਿ ਜਿਹੜਾ ਮਿਰਚੇ ਨੂੰ ਜਿਹੜਾ ਜਨਮ ਆ ਉਸਤੇ ਮਾਂ ਬਾਪ ਦੁਆਰਾ ਦਿੱਤਾ ਗਿਆ ਪਰ ਜਿਹੜਾ ਰੂਪ ਇੰਨਾ ਸੋਹਣਾ ਸੀ ਕਿ ਉਸ ਨੂੰ ਜਿਹੜਾ ਈਸ਼ਵਰ ਦੀ ਜਿਹੜੀ ਦਾਤ ਆ ਉਹ ਦਿੱਤੀ ਕਿ ਵੀ ਇੰਨਾ ਸੋਹਣਾ ਉਹ ਉਹਦਾ ਰੂਪ ਸੀ ਐਸਾ ਮਿਰਚਾ ਸੂਰਮਾ ਖਰਲਾਂ ਦਾ ਸਰਦਾਰ ਖਰਲ ਬੱਚੇ ਜੱਟਾਂ ਦੀ ਇੱਕ ਜਾਤ ਆ ਕਿ ਜਿਹੜਾ ਮਿਰਜਾ ਸੂਰਮਾ ਬਹਾਦਰ ਹੀ ਤੇ ਜਿਹੜੇ ਖਰਲ ਇੱਕ ਜਾਤੀ ਉਹਨਾਂ ਦਾ ਉਹ ਸਰਦਾਰ ਵਜਦਾ ਸੀ ਸਹਿਬਾ ਪੜੇ ਪੱਟੀਆਂ ਮਿਰਜਾ ਪੜੇ ਕੁਰਾਨ ਪੱਟੀਆਂ ਬੱਚੇ ਜਿਹੜੇ ਫੱਟੀ ਦੇ ਉੱਪਰ ਜੋ ਲਿਖਿਆ ਜਾਂਦਾ ਜਿਹੜੀ ਸਾਇਬਾ ਪੱਟੀਆਂ ਪੜਦੀ ਸੀ ਵੀ ਫੱਟੀ ਤੇ ਲਿਖਦੀ ਸੀ ਤੇ ਮਿਰਜ਼ਾ ਜਿਹੜਾ ਕੁਰਾਨ ਪੜਦਾ ਕੁਰਾਨ ਮੁਸਲਮਾਨਾਂ ਦਾ ਇੱਕ ਗ੍ਰੰਥ ਆ ਧਾਰਮਿਕ ਗ੍ਰੰਥਾ ਵਿੱਚ ਮਸੀਤਾਂ ਦੇ ਲੱਗੀਆਂ ਜਾਣੇ ਕੋਲ ਜਹਾਨ ਤੇ ਸਾਇਬਾ ਮਿਰਜ਼ਾ ਦੀ ਜਿਹੜੀ ਦੋਸਤੀ ਆ ਦੋਹਾਂ ਦੀ ਮਸੀਤ ਦੇ ਵਿੱਚ ਜਿਹੜੀ ਆ ਉਹ ਲੱਗੀ ਇਹ ਜਿਹੜਾ ਸਾਰਾ ਜਹਾਨ ਜਾਣਦਾ ਸੀ ਨਾ ਮਾਰ ਕਾਜੀ ਸ਼ਮਕਾ ਨਾ ਦੇਹ ਤਤੀ ਨੂੰ ਤਾਏ ਇਹਦੇ ਵਿੱਚ ਜਿਹੜਾ ਜਦੋਂ ਕਾਜੀ ਨੂੰ ਜਿਹੜਾ ਇਹ ਗੱਲ ਦਾ ਪਤਾ ਲੱਗਾ ਉਹਨਾਂ ਦੀ ਇਸ਼ਕਤਾ ਤੇ ਉਸਨੇ ਉਸ ਨੂੰ ਫਿਰ ਸਹੇਬਾ ਕਹਿੰਦੀ ਕਿ ਹਾਨੂੰ ਮੈਨੂੰ ਜੜੀਆਂ ਸ਼ਮਕਾ ਨਾ ਮਾਰ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਜੜੀ ਆ ਸਤੀ ਹੋਈ ਆ ਪੜਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਿਖਾਈ ਕਿ ਜੜਾ ਪੜਨ ਪੜਾਉਣ ਵਾਲਾ ਕੰਮ ਆ ਸਾਡਾ ਜਿਹੜਾ ਇੱਥੇ ਹੀ ਰਹਿ ਗਿਆ ਤੇ ਹਾਨੂੰ ਇਸ਼ਕ ਜਿਹੜਾ ਵਾ ਉਹ ਲੱਗ ਗਿਆ ਹੈ ਸਹੇਬਾ ਗਈ ਤੇਲ ਨੂੰ ਗਈ ਪੰਸਾਰੀ ਦੀ ਹਟ ਪੰਸਾਰੀ ਜਿਹੜਾ ਤੇਲ ਕੱਟਣ ਵਾਲਾ ਸਹੇਬਾ ਜਿਹੜਾ ਪੰਸਾਰੀ ਦੀ ਹੱਟੀ ਹਟ ਜਿਹੜਾ ਵਾ ਤੇਲ ਲੈਣ ਗਈ ਫੜਨਾ ਜਾੜੇ ਤੱਕੜੀ ਹਾੜ ਨਾ ਜਾੜੇ ਵੱਟੇ ਕੀ ਜਿਹੜਾ ਪੰਸਾਰੀ ਉਹਦੀ ਸੁੰਦਰਤਾ ਨੂੰ ਦੇਖ ਕੇ ਜਿਹੜਾ ਉਹ 당ਗ ਰਹਿ ਗਿਆ ਤੇ ਉਹ ਵੱਟਾ ਫੜਨਾ ਤੱਕੜੀ ਵੱਟ ਜਿਹੜਾ ਫੜਨਾ ਵੀ ਜਿਹੜਾ ਪੰਸਾਰੀ ਉਹ ਭੁੱਲ ਗਿਆ ਤੇਲ ਪੁਲਾਵੇ ਫੁੱਲਾ ਬਾਣੀਆਂ ਦਿੱਤਾ ਸ਼ਹਿਦ ਉਲਟ ਤੇ ਉਹ ਜਿਹੜਾ ਬਾਣੀ ਨੇ ਜਿਹੜਾ ਤੇਲ ਪਾਉਣਾ ਹੀ ਭੁੱਲ ਗਿਆ ਉਹਦੀ ਥਾਂ ਤੇ ਉਸਨੇ ਜਿਹੜਾ ਸ਼ਹਿਦ ਆ ਉਲਟ ਦਿੱਤਾ ਵਣ ਜਗਵਾਇਆ ਬਾਣੀਆਂ ਵਣਜ ਵਪਾਰ ਜਿਹੜਾ ਬਾਣੀ ਨੇ ਆਪਣਾ ਵਪਾਰ ਗਵਾ ਲਿਆ ਬਲਦ ਗਵਾ ਲੇ ਜੱਟ ਤੇ ਉਸਦੀ ਸੁੰਦਰਤਾ ਨੂੰ ਦੇਖ ਕੇ ਜਲਤਾ ਨੇ ਵੀ ਆਪਣੇ ਬਲਦ ਗਵਾ ਲੇ ਤਿੰਨ ਸਾਂ ਨੰਗਾ ਪੇੜ ਰਹਾ ਸੋ ਗਏ ਚੌੜ ਚਪਟ ਮੀਨ ਕੇ ਜਿਹੜੇ ਨੰਗੇ ਸਾਧੂ ਹੀ ਪੇੜ ਵੀ ਜਿਹੜੇ ਰਾਹ ਵਿੱਚ ਖੜੇ ਹੋ ਹੋ ਕੇ ਵੀ ਉਸ ਨੂੰ ਜਿਹੜਾ ਉਹਦੀ ਸੁੰਦਰਤਾ ਨੂੰ ਜਿਹੜਾ ਵਾ ਵੇਖਣ ਲੱਗ ਪਏ ਉਹ ਵੀ ਆਪਣੀ ਜਿਹੜਾ ਵਾ ਜਤੀ ਸਤੀ ਕਹਣ ਵਾਲੇ ਆਪਣੀ ਸੁਧ ਬੁੱਧ ਭੁੱਲ ਗਏ ਮਿਰਚਾ ਸਾਹਿਬਾ ਦੀ ਦੋਸਤੀ ਰੂਹ ਵਿੱਚ ਜਗਤ ਵੀ ਜਿਹੜਾ ਮਿਰਚਾ ਸਾਹਿਬਾ ਦੀ ਦੋਸਤੀ ਆ ਉਹ ਸਾਰੇ ਜੱਗ ਵਿੱਚ ਹੀ ਜਿਹੜਾ ਇਸ ਤਰ੍ਹਾਂ ਰਹੇਗੀ ਥੈਂਕ ਯੂ ਬੱਚੇ